ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਇਸ ਮਸੀਹ ਪਰਿਵਾਰ ਚੈਨਲ ਤੇ ਮੈਂ ਸਭ ਦਰਸ਼ਕਾਂ ਦਾ ਮੋਸਟ ਵੈਲਕਮ ਕਰਦਾ, ਸਵਾਗਤ ਕਰਦਾ ਹਾਂ। ਮੈਂ ਆਪਣੇ ਜੀਵਨ ਦੀ ਟੈਸਟਮਨੀ ਸ਼ੇਅਰ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਜੀਵਨ ਵਿੱਚ ਪਿਛਲੇ ਹਫ਼ਤਿਆਂ ਵਿੱਚ ਜਾਂ ਪਿਛਲੇ ਸਮਿਆਂ ਦੇ ਦੌਰਾਨ ਹੁਣ ਤਾਈਂ, ਹਾਲਾਂਕਿ ਅੱਜ ਹੀ ਪਰਮੇਸ਼ਰ ਦਾ ਵਚਨ ਮੇਰੇ ਮਨ ਵਿੱਚ ਪਵਿੱਤਰ ਆਤਮਾ ਦੇ ਰਾਹੀਂ ਪ੍ਰੋਵਰਬਸ ਦੀ ਬੁੱਕ, ਯਾਨੀ ਕਿ ਪੰਜਾਬੀ ਵਿੱਚ ਕਹਾਉਤਾਂ ਦੀ ਪੁਸਤਕ ਔਰ ਹਿੰਦੀ ਵਿੱਚ ਨੀਤੀ ਵਚਨ ਦੀ ਬੁੱਕ, ਜਿਸ ਨੂੰ ਕਿ ਅਸੀਂ ਆਮ ਕਰਕੇ ਸੁਲੇਮਾਨ ਦੀਆਂ ਕਹਾਉਤਾਂ ਵੀ ਕਹਿ ਦਿੰਦੇ ਹਾਂ, ਜਿਸ ਤਰ੍ਹਾਂ ਕਿ ਇਸ ਪਵਿੱਤਰ ਬੁੱਕ ਵਿੱਚ, ਇਸ ਪਰਮੇਸ਼ਰ ਦੀ ਬਾਣੀ ਵਿੱਚ, ਪਵਿੱਤਰ ਬਾਈਬਲ ਵਿੱਚ, ਪਵਿੱਤਰ ਸ਼ਾਸਤਰ ਵਿੱਚ ਕੀ ਲਿਖਿਆ ਹੈ, ਗਿਆਨਵਾਨ ਘੱਟ ਬੋਲਦਾ ਹੈ। ਔਰ ਅਸੀਂ ਜੋ ਹੈ ਕਈ ਵਾਰ ਕੀ ਹੁੰਦਾ ਹੈ, ਜਿਸ ਤਰ੍ਹਾਂ ਕਿ ਮੈਂ ਆਪਣੀ ਗਵਾਹੀ ਦੁਆਰਾ ਹੀ ਸ਼ੇਅਰ ਕਰਨਾ ਚਾਹਾਂਗਾ, ਮੈਂ ਜਾਣੇ ਅਣਜਾਣੇ ਵਿੱਚ ਕਈ ਵਾਰ ਜ਼ਿਆਦਾ ਬੋਲਣ ਦੀ ਮੇਰੀ ਆਦਤ ਸੀ ਬਚਪਨ ਤੋਂ ਹੀ। ਤਾਂ ਮੈਂ ਸਿਵਕਾਈ ਵਿੱਚ ਆਉਣ ਦੇ ਦੌਰਾਨ ਵੀ ਆਪਣੇ ਜੋ ਹੈ ਜੀਭ 'ਤੇ ਲਗਾਮ ਨਾ ਲਗਾ ਸਕਿਆ, ਜਿਸ ਤਰ੍ਹਾਂ ਕਿ ਯਾਕੂਬ ਦੀ ਪੁਸਤਕ ਵਿੱਚ ਲਿਖਿਆ, ਜੀਭ ਇੱਕ ਅੱਗ ਹੈ, ਇਸੇ ਦੁਆਰਾ ਅਸੀਂ ਪਰਮੇਸ਼ੁਰ ਦੇ ਨਾਮ ਨੂੰ ਲੈਂਦੇ ਹਾਂ, ਇਸੇ ਦੁਆਰਾ ਅਸੀਂ ਸ਼ਰਾਬ ਵੀ ਦਿੰਦੇ ਹਾਂ। ਸੋ ਅਜਿਹਾ ਨਹੀਂ ਹੋਣਾ ਚਾਹੀਦਾ। ਅਸੀਂ ਫਿਰ ਜੀਭ ਨੂੰ ਕਿਸ ਤਰ੍ਹਾਂ ਲਗਾਮ ਲਗਾ ਸਕਦੇ ਹਾਂ, ਕਿਸ ਤਰ੍ਹਾਂ ਘੱਟ ਬੋਲ ਸਕਦੇ ਹਾਂ, ਕਿਸ ਤਰ੍ਹਾਂ ਗਿਆਨਵਾਨਾਂ ਵਾਂਗ, ਬੁੱਧੀਵਾਨਾਂ ਵਾਂਗ ਅਸੀਂ ਘੱਟ ਬੋਲ ਸਕਦੇ ਹਾਂ ਜਾਂ ਮਤਲਬ ਦਾ ਬੋਲ ਸਕਦੇ ਹਾਂ, ਜਿਸ ਤਰ੍ਹਾਂ ਕਿ ਪਰਮੇਸ਼ੁਰ ਦਾ ਵਚਨ ਦੱਸਦਾ ਗਿਆਨਵਾਨ ਘੱਟ ਬੋਲਦੇ। ਘੱਟ ਬੋਲਣ ਦਾ ਇੱਥੇ ਮਤਲਬ ਇਹ ਨਹੀਂ ਕਿ ਅਸੀਂ ਜਮ੍ਹਾਂ ਹੀ ਬੋਲਣਾ ਛੱਡ ਦੇਣਾ। ਪਰਮੇਸ਼ੁਰ ਦਾ ਵਚਨ ਸਾਨੂੰ ਸਿਖਾਉਂਦਾ ਕਿ ਗਿਆਨਵਾਨ ਜੋ ਹੈ, ਜਿੰਨੀ ਗੱਲ ਉਸ ਤੋਂ ਪੁੱਛੀ ਜਾਂਦੀ ਹੈ ਪਰਮੇਸ਼ੁਰ ਦੇ ਵਚਨ ਮੁਤਾਬਕ, ਉਹ ਉਨੀ ਹੀ ਗੱਲ ਦਾ ਜਵਾਬ ਦਿੰਦਾ। ਤਾਂ ਮੇਰੇ ਜੀਵਨ ਵਿੱਚ ਪਰਮੇਸ਼ੁਰ ਦਾ ਵਚਨ, ਜਦ ਕਹਾਉਤਾਂ ਦੀ ਪੁਸਤਕ ਦਾ ਇਹ ਵਚਨ ਆਇਆ, ਤਾਂ ਪਰਮੇਸ਼ੁਰ ਨੇ ਮੈਨੂੰ ਸਿਖਾਇਆ ਪਵਿੱਤਰ ਆਤਮਾ ਦੁਆਰਾ ਕਿ ਲੂਕਾ 22:40 ਮੁਤਾਬਕ, ਜਦ ਮੈਂ ਪ੍ਰਾਰਥਨਾ ਵਾਲਾ ਜੀਵਨ, ਹੋਰ ਪ੍ਰਾਰਥਨਾ ਵਾਲੇ ਜੀਵਨ ਵਿੱਚ ਵਧਾਂਗਾ, ਪੂਰੀ ਤਰ੍ਹਾਂ ਆਤਮਾ ਵਿੱਚ ਹੋ ਕੇ ਦਿਨ ਪ੍ਰਤੀ ਦਿਨ ਆਪਣੀ ਪ੍ਰਾਰਥਨਾ ਵਾਲੇ ਜੀਵਨ ਨੂੰ ਵਧਾਵਾਂਗਾ, ਯਾਨੀ ਕਿ ਪ੍ਰਾਰਥਨਾ ਵਿੱਚ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵਾਂਗਾ, ਜਿਸ ਤਰ੍ਹਾਂ ਅੰਕ ਨਰੂਲਾ ਜੀ ਦੱਸਦੇ ਹਨ, ਔਰ ਜਿਸ ਤਰ੍ਹਾਂ ਕਿ ਆਫਸੀਅਨ ਪੁਸਤਕ ਵਿੱਚ ਲਿਖਿਆ ਕਿ ਸਾਨੂੰ ਹਰ ਸਮੇਂ ਔਰ ਹਰ ਪ੍ਰਕਾਰ ਨਾਲ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ। ਸੋ ਇਸੇ ਤਰ੍ਹਾਂ